ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਆਇਆ ਕਿਉਂਕਿ ਇੱਕ ਕਿਸਾਨਾਂ ਦੇ ਜਥੇਬੰਦੀ ਦੇ ਵੱਲੋਂ ਕੁਝ ਕਿਸਾਨਾਂ ਦੇ ਵੱਲੋਂ ਰਲ ਕੇ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਫਸਰ ਤੋਂ ਖੁਦ ਉਸਦਾ ਹੱਥ ਫੜ ਕੇ ਅੱਗ ਲਗਵਾ ਦਿੱਤੀ ਗਈ ਆ ਪਰਾਲੀ ਨੂੰ। ਪਰਾਲੀ ਉਸ ਤੋਂ ਛੁਡਵਾਈ ਗਈ ਆ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਖ਼ਤ ਹਦਾਇਤਾਂ ਕਰ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਆਪਣੇ ਫੇਸਬੁੱਕ ਹੈਂਡਲ 'ਤੇ ਲਿਖਦੇ ਨੇ ਕਿ ਪਿਆਰੇ ਪੰਜਾਬੀਓ, ਆਹ ਕਿਹੜੇ ਰਾਹ ਤੁਰ ਪਏ ਹੋ? ਸਰਕਾਰੀ ਕਰਮਚਾਰੀ ਪਰਾਲੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਆਇਆ, ਪਰ ਤੁਸੀਂ ਅੱਗੋਂ ਉਸ ਤੋਂ ਅੱਗ ਲਗਵਾ ਦਿੱਤੀ। ਹਵਾ ਨੂੰ ਗੁਰੂ ਸਾਹਿਬ ਨੇ ਗੁਰੂ ਦਾ ਦਰਜਾ ਦਿੱਤਾ ਹੈ, ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ 'ਚ ਤੀਲੀਆਂ ਲੈ ਕੇ ਆਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਮੁਕਾ ਰਹੇ ਹਾਂ। ਪਰਚਾ ਦਰਜ ਹੋਣ ਲੱਗਾ, ਭਾਵ ਕਿ ਹੁਣ ਇਹਨਾਂ ਕਿਸਾਨਾਂ ਦੇ ਉੱਤੇ ਜਿਹੜੇ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ, ਇਹਨਾਂ ਕਿਸਾਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਹੁਣ ਪਰਚਾ ਦਰਜ ਹੋਏਗਾ। ਪਰਚਾ ਦਰਜ ਹੋਣ ਲੱਗਿਆ, ਇਹਨਾਂ ਦੇ ਉੱਤੇ ਵਾਤਾਵਰਨ ਨੂੰ ਖਰਾਬ ਕਰਨ ਦਾ ਪਰਚਾ ਦਰਜ ਹੋਏਗਾ, ਵਾਤਾਵਰਨ ਖਰਾਬ ਕਰਨ ਦੀਆਂ ਧਾਰਾਵਾਂ ਹੋਣਗੀਆਂ। ਸਰਕਾਰੀ ਅਫਸਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਸੀ, ਉਸਦੀ ਡਿਊਟੀ 'ਚ ਵਿਘਨ ਪਾਉਣ ਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਏਗਾ, ਹੋਰ ਕਈ ਵੱਖੋ ਵੱਖਰੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਏਗਾ। ਹਾਲਾਂਕਿ ਜੇ ਉਸ ਸੜਕ ਦੇ ਕਿਨਾਰੇ ਲੱਗੇ ਸਰਕਾਰੀ ਦਰਖਤ ਹੋਏ, ਜੰਗਲਾਤ ਵਿਭਾਗ ਦੇ ਦਰਖਤ ਹੋਏ, ਉਹਨਾਂ ਦਰਖਤਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਏਗਾ। ਸੋ ਇਹ ਸਾਫ਼ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਪੋਸਟ ਪਾ ਕੇ ਚੁਣੌਤੀ ਦੇ ਦਿੱਤੀ ਹੈ ਕਿ ਜੇਕਰ ਪਰਾਲੀ ਨੂੰ ਅੱਗ ਲਾਉਂਦਿਆਂ ਤੁਹਾਨੂੰ ਕੀ ਸਰਕਾਰੀ ਅਧਿਕਾਰੀ ਰੋਕ ਰਿਹਾ ਹੈ, ਅਤੇ ਤੁਸੀਂ ਜੇ ਉਸਦੀ ਡਿਊਟੀ 'ਚ ਵਿਘਨ ਪਾਓਗੇ ਤਾਂ ਪਰਚੇ ਦਰਜ ਹੋਣਗੇ, ਤੁਹਾਡੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਏਗੀ। ਇਸ ਸਭ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਜੋ ਪੋਸਟ ਪਾਈ ਹੈ ਉਸਨੇ ਸਾਫ਼ ਕਰ ਦਿੱਤਾ ਕਿ ਹੁਣ ਪਰਚੇ ਦਰਜ ਹੋਣਗੇ, ਤਿਆਰ ਹੋ ਜਾਓ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਆਇਆ ਕਿਉਂਕਿ ਇੱਕ ਕਿਸਾਨਾਂ ਦੇ ਜਥੇਬੰਦੀ ਦੇ ਵੱਲੋਂ ਕੁਝ ਕਿਸਾਨਾਂ ਦੇ ਵੱਲੋਂ ਰਲ ਕੇ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਫਸਰ ਤੋਂ ਖੁਦ ਉਸਦਾ ਹੱਥ ਫੜ ਕੇ ਅੱਗ ਲਗਵਾ ਦਿੱਤੀ ਗਈ ਆ ਪਰਾਲੀ ਨੂੰ। ਪਰਾਲੀ ਉਸ ਤੋਂ ਛੁਡਵਾਈ ਗਈ ਆ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਖ਼ਤ ਹਦਾਇਤਾਂ ਕਰ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਆਪਣੇ ਫੇਸਬੁੱਕ ਹੈਂਡਲ 'ਤੇ ਲਿਖਦੇ ਨੇ ਕਿ ਪਿਆਰੇ ਪੰਜਾਬੀਓ, ਆਹ ਕਿਹੜੇ ਰਾਹ ਤੁਰ ਪਏ ਹੋ? ਸਰਕਾਰੀ ਕਰਮਚਾਰੀ ਪਰਾਲੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਆਇਆ, ਪਰ ਤੁਸੀਂ ਅੱਗੋਂ ਉਸ ਤੋਂ ਅੱਗ ਲਗਵਾ ਦਿੱਤੀ। ਹਵਾ ਨੂੰ ਗੁਰੂ ਸਾਹਿਬ ਨੇ ਗੁਰੂ ਦਾ ਦਰਜਾ ਦਿੱਤਾ ਹੈ, ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ 'ਚ ਤੀਲੀਆਂ ਲੈ ਕੇ ਆਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਮੁਕਾ ਰਹੇ ਹਾਂ। ਪਰਚਾ ਦਰਜ ਹੋਣ ਲੱਗਾ, ਭਾਵ ਕਿ ਹੁਣ ਇਹਨਾਂ ਕਿਸਾਨਾਂ ਦੇ ਉੱਤੇ ਜਿਹੜੇ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ, ਇਹਨਾਂ ਕਿਸਾਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਹੁਣ ਪਰਚਾ ਦਰਜ ਹੋਏਗਾ। ਪਰਚਾ ਦਰਜ ਹੋਣ ਲੱਗਿਆ, ਇਹਨਾਂ ਦੇ ਉੱਤੇ ਵਾਤਾਵਰਨ ਨੂੰ ਖਰਾਬ ਕਰਨ ਦਾ ਪਰਚਾ ਦਰਜ ਹੋਏਗਾ, ਵਾਤਾਵਰਨ ਖਰਾਬ ਕਰਨ ਦੀਆਂ ਧਾਰਾਵਾਂ ਹੋਣਗੀਆਂ। ਸਰਕਾਰੀ ਅਫਸਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਸੀ, ਉਸਦੀ ਡਿਊਟੀ 'ਚ ਵਿਘਨ ਪਾਉਣ ਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਏਗਾ, ਹੋਰ ਕਈ ਵੱਖੋ ਵੱਖਰੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਏਗਾ। ਹਾਲਾਂਕਿ ਜੇ ਉਸ ਸੜਕ ਦੇ ਕਿਨਾਰੇ ਲੱਗੇ ਸਰਕਾਰੀ ਦਰਖਤ ਹੋਏ, ਜੰਗਲਾਤ ਵਿਭਾਗ ਦੇ ਦਰਖਤ ਹੋਏ, ਉਹਨਾਂ ਦਰਖਤਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਏਗਾ। ਸੋ ਇਹ ਸਾਫ਼ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਪੋਸਟ ਪਾ ਕੇ ਚੁਣੌਤੀ ਦੇ ਦਿੱਤੀ ਹੈ ਕਿ ਜੇਕਰ ਪਰਾਲੀ ਨੂੰ ਅੱਗ ਲਾਉਂਦਿਆਂ ਤੁਹਾਨੂੰ ਕੀ ਸਰਕਾਰੀ ਅਧਿਕਾਰੀ ਰੋਕ ਰਿਹਾ ਹੈ, ਅਤੇ ਤੁਸੀਂ ਜੇ ਉਸਦੀ ਡਿਊਟੀ 'ਚ ਵਿਘਨ ਪਾਓਗੇ ਤਾਂ ਪਰਚੇ ਦਰਜ ਹੋਣਗੇ, ਤੁਹਾਡੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਏਗੀ। ਇਸ ਸਭ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਜੋ ਪੋਸਟ ਪਾਈ ਹੈ ਉਸਨੇ ਸਾਫ਼ ਕਰ ਦਿੱਤਾ ਕਿ ਹੁਣ ਪਰਚੇ ਦਰਜ ਹੋਣਗੇ, ਤਿਆਰ ਹੋ ਜਾਓ।